ਵੋਟਾਂ ਦਾ 5502 55 HP ਦੇ ਵਿੱਚ 12+4 ਸਪੀਡਾਂ ਰਿਵਰਸ ਪੀਟੀਓ ਡਿਊਲ ਕਲੱਚ ਹੈਗਾ। ਗੇਅਰ ਦੀ ਗੱਲ ਕਰੀਏ ਲੋ ਮੀਡੀਅਮ ਹਾਈ ਰਿਵਰਸ ਔਰ ਨਿਊਟਰਲ ਦਿੱਤਾ ਹੋਇਆ ਹੈ। ਇਹ ਪਹਿਲਾ ਦੂਜਾ ਤੀਜਾ ਚੌਥਾ ਗੇਅਰ ਹੈਗਾ ਹੈ। ਐਡਜਸਟੇਬਲ ਸੀਟ ਹੈਗੀ ਆ, ਵੈਰੀ ਕੰਫਰਟੇਬਲ, ਜਿਹੜੀ ਬਹੁਤ ਜ਼ਿਆਦਾ ਕੰਫਰਟੇਬਲ ਸੀਟ ਹੈ। ਪਿਛਲੇ ਹਿੱਸੇ ਦੀ ਗੱਲ ਕਰੀਏ ਤਾਂ ਪਿਛਲਾ ਹਿੱਸਾ ਵੀ ਕਾਫੀ ਸਟਰੋਂਗ ਦਿੱਤਾ ਹੈ ਕੰਪਨੀ ਨੇ। ਐਡਜਸਟੇਬਲ ਹਿੱਸਾ ਹੈਗਾ ਪਿਛਲਾ, ਇਹ ਦੇਖੋ। ਔਰ ਫੋਰ ਵੀਲ ਦੇ ਵਿੱਚ ਰਿਵਰਸ ਪੀਟੀਓ ਫਸਟ ਟਾਈਮ ਦਿੱਤਾ ਹੈ, ਜਿਹੜਾ ਕਾਫੀ ਟਰੈਕਟਰਾਂ ਦੇ ਵਿੱਚ ਫੋਰ ਵੀਲ 'ਚ ਰਿਵਰਸ ਪੀਟੀਓ ਨਹੀਂ ਆਉਂਦਾ, ਬਟ ਕਬੋਟਾ ਨੇ ਫੋਰ ਵੀਲ ਦੇ ਵਿੱਚ ਵੀ ਰਿਵਰਸ ਪੀਟੀਓ ਦਿੱਤਾ ਹੋਇਆ ਹੈ।